ਮੰਡੀਆਂ ਦੇ ਵਿੱਚ ਧਾਨ ਦੀ ਖਰੀਦ ਵਾਸਤੇ ਅੱਜ ਯਾਨੀ 26 ਤਰੀਕ ਤੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਨੇ ਖਰੀਦ ਕਰਨ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਦੇ ਜਿਹੜੇ ਵੀ ਅਧਿਕਾਰੀ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਇੱਕ ਲੈਟਰ ਜਾਰੀ ਕਰਕੇ ਕਿਹਾ ਹੈ ਕਿ ਤੁਸੀਂ ਫਟਾਫਟ ਧਾਨ ਦੀ ਖਰੀਦ ਸ਼ੁਰੂ ਕਰੋ ਯਾਨੀ ਅੱਜ ਤੇ ਹੀ ਖਰੀਦ ਸ਼ੁਰੂ ਕੀਤੀ ਜਾਵੇ ਇਹ ਕੁਝ ਦਿਨ ਅਡਵਾਂਸ ਹੀ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾਂ 1 ਅਕਤੂਬਰ ਤੇ ਸਰਕਾਰ ਦਾ ਪਲਾਨ ਸੀਗਾ ਕਿ ਮੰਡੀਆਂ ਦੇ ਵਿੱਚ ਧਾਨ ਦੀ ਖਰੀਦ ਸ਼ੁਰੂ ਕੀਤੀ ਜਾਏਗੀ ਪਰ ਹੁਣ ਅੱਜ 26 ਤਰੀਕ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਇੱਕ ਇਹਦੇ ਚ ਰੀਜ਼ਨ ਪਾਇਆ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਧਾਨ ਜਿਹੜੀ ਆ ਕਟਣਾ ਸ਼ੁਰੂ ਹੋ ਗਈ ਹੈ ਪਰਾਲੀ ਵੀ ਸਾੜੀ ਜਾ ਰਹੀ ਹੈ ਇਸ ਕਰਕੇ ਧਾਨ ਦੀ ਆਵਕ ਸ਼ੁਰੂ ਹੋ ਜਾਏਗੀ ਤੁਸੀਂ ਆਪਣੀ ਖਰੀਦ ਸ਼ੁਰੂ ਕਰੋ ਤਾਂ ਅੱਜ ਤੋਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਧਾਨ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਟਾਈਮਿੰਗ ਦਾ ਉੱਠ ਰਿਹਾ ਕਿ ਕੀ ਇਨੀ ਲੋਡ ਪੈ ਗਈ ਕਿ ਕੁਝ ਦਿਨ ਪਹਿਲਾਂ ਹੀ ਧਾਨ ਦੀ ਖਰੀਦ ਕਰਵਾਈ ਗਈ ਕਿਉਂਕਿ ਕੱਲ ਹੀ ਪੂਰੇ ਪੰਜਾਬ ਦੇ ਵਿੱਚ ਧਰਨੇ ਹੋਏ ਨੇ ਨਵੇਂ ਐਗਰੀਕਲਚਰ ਬਿਲ ਦੇ ਖਿਲਾਫ ਇਹਦੇ ਨਾਲ ਨਾਲ ਪੂਰਾ ਅੱਜ ਵੀ ਐਜੀਟੇਸ਼ਨ ਚੱਲ ਰਹੇ ਨੇ ਅੱਗੇ ਵੀ ਪ੍ਰਸਤਾਵਿਤ ਨੇ ਇਹੀ ਕਿਸਾਨਾਂ ਦੇ ਦਿਮਾਗ ਦੇ ਵਿੱਚ ਡਰ ਬੈਠਿਆ ਹੋਇਆ ਕਿ ਕੀ ਮੰਡੀਆਂ ਦੇ ਵਿੱਚ ਧਾਨ ਖਰੀਦ ਹੋਏਗੀ ਜਾਂ ਨਹੀਂ ਹੋਏਗੀ ਮੰਡੀਆਂ ਖਤਮ ਕਰਨ ਦੀ ਜਿਹੜੀ ਗੱਲ ਹੋ ਰਹੀ ਹੈ ਕੀ ਖਤਮ ਹੋ ਜਾਣਗੀਆਂ ਬਾਹਰ ਦੇ 플레이ਰ ਆਣਗੇ ਨਹੀਂ ਆਣਗੇ ਇਹਨੂੰ ਇਸੀ ਡਰ ਨੂੰ ਦੂਰ ਕਰਨ ਵਾਸਤੇ ਜਿਹੜੀ ਜਿਹੜੀ ਜਾਣਕਾਰ ਮਿਲ ਰਹੇ ਨੇ ਇਸੀ ਡਰ ਨੂੰ ਹਟਾਉਣ ਵਾਸਤੇ ਤੇ ਜਿਹੜਾ ਅੰਦੋਲਨ ਉਹਨੂੰ ਹੋ ਸਕਦਾ ਕਿ ਕਿਤੇ ਨਾ ਕਿਤੇ ਥੋੜਾ ਦਿਮਾਗ ਦੂਜੀ ਤਰਫ ਕਿਸਾਨਾਂ ਚਲਾ ਜਾਏਗਾ ਆਪਣੀ ਖੇਤੀਬਾੜੀ ਦੀ ਤਰਫ ਉਹਦੇ ਵਾਸਤੇ ਇਹ ਚਾਰ ਦਿਨ ਪਹਿਲਾਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਤੇ ਹਾਲਾਂਕਿ ਮੰਡੀਆਂ ਦੇ ਵਿੱਚ ਕਿੰਨੇ ਕੁ ਪ੍ਰਬੰਧ ਨੇ ਕਿਆ ਕੁਛ ਹੈ ਉਹ ਵੀ ਇਹਦੇ ਵਿੱਚ ਦੇਖਣਾ ਹੋਗਾ ਕਿਉਂਕਿ ਕੋਰੋਨਾ ਕਾਲ ਦੇ ਵਿੱਚ ਪਹਿਲਾਂ ਕਿਹਾ ਗਿਆ ਸੀਗਾ ਕਿ ਖਰੀਦ ਕੇਂਦਰ ਵਧਾਏ ਜਾਣ ਸੋਸ਼ਲ ਡਿਸਟੈਂਸਿੰਗ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਰੱਖੀਆਂ ਜਾਣ ਕਿਉਂਕਿ ਕਰੋਨਾ ਮਹਾਮਾਰੀ ਦੇ ਵਿੱਚ ਬਾਕੀ ਚੀਜ਼ਾਂ ਦਾ ਵੀ ਪ੍ਰਾਰੂਪ ਬਦਲਿਆ ਤੇ ਮੰਡੀਆਂ ਦਾ ਵੀ ਬਦਲਿਆ ਜਾਏਗਾ ਖਰੀਦ ਕਿੰਨੀ ਹੁੰਦੀ ਹੈ ਪੈਸੇ ਕਿੰਨੇ ਦੇਰ ਚ ਭੁਗਤਾਨ ਹੁੰਦਾ ਹੈ ਕਿਉਂਕਿ ਸਰਕਾਰ ਕਹਿ ਰਹੀ ਹੈ ਹੁਣ इजीली 24 ਘੰਟੇ ਤੋਂ ਬਾਅਦ ਕਦੇ ਵੀ ਪੈਸੇ ਤੁਸੀਂ ਲੈ ਸਕਦੇ ਹੋ ਉਹ ਪੋਸੀਬਲ ਹੈ ਜਾਂ ਨਹੀਂ ਹਾਲਾਂਕਿ ਜਿਹੜਾ ਨਵਾਂ ਬਿੱਲ ਆ ਉਹ ਕਾਨੂੰਨ ਹਲੇ ਬਣੇਗਾ ਉਸ ਤੋਂ ਬਾਅਦ ਫਿਰ ਇੰਪਲੀਮੈਂਟ ਹੋਏਗਾ ਉਹਨੂੰ ਕਾਫੀ ਟਾਈਮ ਲੱਗੇਗਾ ਪਰ ਜਿਹੜਾ ਅੰਦੋਲਨ ਚੱਲ ਰਿਹਾ ਉਹ ਜ਼ਰੂਰ ਕਿਤਨਾ ਕਿਤੇ ਕਿਸਾਨ ਦਾ ਹੁਣ ਡਾਇਵਰਟ ਹੋ ਸਕਦਾ ਕਿਉਂਕਿ ਹੁਣ ਧਾਨ ਦੀ ਖਰੀਦ ਦੇ ਵੱਲ ਉਹਨੂੰ ਜਾਣਾ ਪਏਗਾ ਆਪਣਾ ਧਾਨ ਦੀ ਖਰੀਦ ਜਿਹੜੀ ਹੈ ਪੂਰੀ ਇਸ ਪੂਰੇ ਮਾਮਲੇ ਵਿੱਚ ਸ਼ੁਰੂ ਹੋ ਚੁੱਕੀ ਹੈ ਤਾਂ ਅੱਜ ਹੀ ਬਕਾਇਦਾ ਤੌਰ ਤੇ ਲੈਟਰ ਸਾਰਿਆਂ ਨੂੰ ਪਹੁੰਚ ਗਿਆ ਹੈ ਤੇ ਮੰਡੀਆਂ ਦੇ ਵਿੱਚ ਵੀ ਹੋਣਾ ਮੰਨੇ ਜਾ ਸਕਦਾ ਕਿ ਇੱਕ ਦੋ ਦਿਨ ਦੇ ਵਿੱਚ ਕਿਸਾਨਾਂ ਦਾ ਆਣਾ ਵੀ ਸ਼ੁਰੂ ਹੋ ਜਾਏਗਾ ਦਿੱਲੀ ਤੋਂ ਕੈਮਰਾਮੈਨ ਲਕਸ਼ਨਾਲ ਨੇ ਤੇ ਨਿਵਾਨ ਦੇਨਿਕ ਸਵੇਰਾ ਟੀਵੀ ऑल वर्ल्ड ओपन चैलेंज मिया मौलवी बेगम तांत्रिक तो सावधान नंबर लव मैर विदेश पका होना कारोबार का ना चलना, सिर्फ इकती घंटिया फ्री, 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 मिया रफीकोहम्मद मोबाइल चौरासी तीन सो चुहत्तर चौरानवे छे सो संताली चौरासी तीन सो चुहत्तर चौरानवे छे सो अड़ताली ਦੇਸ਼ ਤੋਂ ਨੀ ਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮ